ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਖਾਸ ਸ਼ੋਅ ਤਾਜ਼ਾ ਬਿਆਨ ਨੂੰ ਭਰਮਾ ਹੁੰਗਾਰਾ ਮਿਲ ਰਿਹਾ, ਜਿਸ ਵਿੱਚ ਅਸੀਂ ਪੰਜਾਬ ਭਰ ਦੇ ਅਤੇ ਦਿੱਲੀ ਦੇ ਪ੍ਰਮੁੱਖ ਬਿਆਨ ਪ੍ਰਸਾਰਿਤ ਕਰਦੇ ਹਾਂ। ਅਸੀਂ ਵਿਖਾਉਂਦੇ ਹਾਂ ਕਿ ਕਿਵੇਂ ਲੀਡਰ ਇੱਕ ਦੂਸਰੇ 'ਤੇ ਸਿਆਸੀ ਇਲਜ਼ਾਮਬਾਜ਼ੀਆਂ ਲਾ ਰਹੇ ਨੇ। ਆਓ ਸੁਣਦੇ ਹਾਂ ਅੱਜ ਦੇ ਬਿਲਕੁਲ ਤਾਜ਼ਾ ਬਿਆਨ। ਅਤੇ ਹੁਣ ਅਖੀਰ ਦੇ ਉੱਤੇ ਸਭ ਤੋਂ ਮਾੜੀ ਘਟੀਆ ਰਾਜਨੀਤੀ ਖੇਡਦੇ ਹੋਏ ਬਲਜੀਤ ਸਿੰਘ ਦਾਦੂਵਾਲ ਅਤੇ ਉਹਦੇ ਨਾਲ ਉਹਦੇ ਸਪੋਰਟਰਸ, ਉਹਨਾਂ ਨੂੰ ਭੜਕਾ ਕੇ ਕਾਂਗਰਸ ਪਾਰਟੀ ਨੇ ਅੱਜ ਬਾਦਲ ਪਿੰਡ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਰਿਹਾਇਸ਼, ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਰਹਿੰਦੇ ਆ, ਬੀਬਾ ਹਰਸਿਮਰਤ ਕੌਰ ਬਾਦਲ ਵੀ ਉੱਥੇ ਰਹਿੰਦੇ ਕੇਂਦਰੀ ਮੰਤਰੀ, ਅੱਜ ਉਹਨਾਂ ਦੇ ਘਰ ਦਾ ਉੱਥੇ ਘਿਰਾਓ ਕਰਕੇ ਅਤੇ ਭੜਕਾਹਟ ਪੈਦਾ ਕਰਕੇ ਖੂਨੀ ਟਕਰਾਅ ਕਰਵਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ। ਕਿਉਂਕਿ ਕਾਂਗਰਸ ਪਾਰਟੀ ਦੀ ਸਿੱਧੀ ਮਨਸ਼ਾ ਹੈ ਕਿ ਕਿਸੇ ਤਰੀਕੇ ਟਕਰਾਅ ਹੋਵੇ, ਉੱਥੇ ਲੜਾਈ ਹੋਵੇ, ਉੱਥੇ ਬਲੱਡਸ਼ੈਡ ਹੋਵੇ, ਅਤੇ ਇਹਦੇ ਨਾਲ ਜਿਹੜੀ ਅਸਲੀ ਮੁੱਦਿਆਂ ਤੋਂ ਰਾਜਨੀਤੀ ਹੈ, ਜਿਹੜੀ ਇਲੈਕਸ਼ਨ ਹੈ, ਉਹ ਭਟਕੇ। ਅਸੀਂ ਇਸ ਇੰਸੀਡੈਂਟ ਨੂੰ ਅੱਜ ਕੰਡੈਮ ਵੀ ਕੀਤਾ ਕਿ ਇਹ ਬਲੱਡਸ਼ੈਡ ਕਰਾਉਣ ਵਾਲੀ ਕਾਂਗਰਸ ਦੀ ਨੀਤੀ ਜਿਹੜੀ ਆ, ਇਹ ਕਾਂਗਰਸ ਇਸ ਕੰਮ ਤੋਂ ਸੰਕੋਚ ਕਰੇ। ਜਿਹੜਾ ਆਦਮੀ ਆਪਣੇ ਪਰਮਾਤਮਾ ਦੀ ਝੂਠੀ ਸਹੁੰ ਖਾ ਸਕਦਾ ਹੈ, ਇਹ ਤੋਂ ਘਟੀਆ ਬੰਦਾ ਹੀ ਨਹੀਂ ਹੋ ਸਕਦਾ। ਦੇਖੋ, ਗੁਟਕਾ ਸਾਹਿਬ 'ਤੇ ਹੱਥ ਰੱਖ ਕੇ, ਆਪਣੇ ਸੀਸ ਨਾਲ ਲਾ ਕੇ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤੱਕ ਹੱਥ ਕਰਕੇ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਾਂ ਦੀ ਝੂਠੀ ਸਹੁੰ ਖਾ ਗਿਆ, ਇਹ ਤੋਂ ਵੱਡੀ ਬੇਅਦਬੀ ਕੀ ਹੈ? ਇੱਕੋ ਇੱਕ ਗੱਲ ਕਹਿਣਗੇ ਕਿ ਕਾਂਗਰਸੀ ਕਹਿਣਗੇ ਜੀ ਬੇਅਦਬੀ ਅਕਾਲੀ ਦਲ ਨੇ ਕੀਤੀ ਹੈ, ਬੇਅਦਬੀ। ਖਾਲਸਾ ਜੀ, ਸਿੱਖ ਕੌਮ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਬੇਅਦਬੀ ਜੇ ਕਿਸੇ ਨੇ ਕੀਤੀ ਹੈ, ਗਾਂਧੀ ਪਰਿਵਾਰ 'ਤੇ ਕਾਂਗਰਸ ਨੇ ਕੀਤੀ ਹੈ, ਜਿਹਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਆਹ ਸਾਰੇ ਜਿਹੜਾ ਬੇਅਦਬੀ ਕਰਨ ਵਾਲਾ ਉਹ ਰਾਕਸ਼ਸ ਹੁੰਦਾ, ਜਿਹੜਾ ਬੇਅਦਬੀ ਕਰਦਾ ਰਾਕਸ਼ਸ ਹੁੰਦਾ। ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਜਿਹਨੇ ਬੇਅਦਬੀ ਕੀਤੀ ਉਹਦੇ ਪਰਿਵਾਰ ਦਾ ਕੱਖ ਨਾ ਰਹੇ। ਪਰ ਜਿਹੜਾ ਬੇਅਦਬੀ ਦੇ ਨਾਂ 'ਤੇ ਸਿਆਸਤ ਕਰਦੇ ਹੈ, ਉਹਨਾਂ ਦਾ ਵੀ ਕੱਖ ਨਾ ਰਹੇ। ਉਹ ਸਾਰੇ ਕਾਂਗਰਸ ਦੇ ਏਜੰਟ ਹੈ, ਆਹ ਪੰਥਕ ਦਲ ਬਣਾਉਂਦੇ ਆ, ਟਕਸਾਲੀ ਦਲ ਬਣਾਉਂਦੇ ਆ, ਜੇ ਅਕਾਲੀ ਦਲ ਬਣਾਉਂਦੇ ਆ, ਸਾਰੇ ਕਾਂਗਰਸ ਦੇ ਏ ਬੀ ਸੀ ਡੀ ਟੀਮਾਂ। ਆਹ ਬਰਗਾੜੀ ਮੋਰਚਾ ਉੱਥੇ ਬੈਠਾ ਸੀ, 20-25 ਕਰੋੜ ਰੁਪਇਆ ਕਮਾ ਕੇ। ਕਾਂਗਰਸ ਨੇ ਕਿਹਾ ਉੱਠੋ, ਹੁਣ ਚੱਲੋ, ਉੱਠ ਖੜੇ। ਹੁਣ ਇਹਨਾਂ ਨੇ ਦੇਖਿਆ, ਦੇਖੋ ਪਿਛਲੇ 20-25 ਦਿਨਾਂ ਦਾ ਮਾਹੌਲ ਦੇਖਿਆ ਕਿ ਪੰਜਾਬ ਠਵਾ ਅਕਾਲੀ ਦਲ ਚੱਲ ਪਈ। ਫਿਰ ਉਹਨਾਂ ਨੂੰ ਕਹਿਤਾ, ਲਓ ਫਿਰ ਤੋਂ ਮੋਰਚਾ, ਫਿਰ ਤੋਂ ਤੁਸੀਂ ਅਤੇ ਮਾਰਚ ਸ਼ੁਰੂ ਕਰੋ। ਅਕਾਲੀ ਦਲ ਨੂੰ ਨਾ ਕੋਈ ਡਰਾ ਸਕਦਾ, ਨਾ ਧਮਕਾ ਸਕਦਾ, ਨਾ ਕੋਈ ਖਤਮ ਕਰ ਸਕਦਾ। ਔਰ ਇਹ ਨਹੀਂ ਕਿ ਪਹਿਲੀ ਵਾਰ ਬਣਿਆ ਪ੍ਰਕਾਸ਼ ਸਿੰਘ ਬਾਦਲ, 5 ਵਾਰ ਬਣਿਆ ਮੁੱਖ ਮੰਤਰੀ ਇੱਥੇ ਦਾ, ਇਹ ਹਾਲ ਛੱਡ ਕੇ ਗਿਆ। ਤੁਸੀਂ 10 ਸਾਲ ਦੇਖ ਲਿਆ ਬੀਬੀ ਨੂੰ, ਕਹਿਣਾ ਨਹੀਂ ਚਾਹੀਦਾ, ਛੋਟੀ ਬੱਚੀ ਹੈ, ਲੇਕਿਨ ਜਿਸ ਤਰੀਕੇ ਨਾਲ ਇਹ ਬੋਲਦੀ ਹੈ ਪਾਰਲੀਮੈਂਟ 'ਚ, ਅਖਬਾਰਾਂ 'ਚ, ਇਹ ਸ਼ੋਭਾ ਨਹੀਂ ਦਿੰਦੀ ਕਿਸੇ ਪੜ੍ਹੇ ਲਿਖੇ ਬੰਦੇ ਨੂੰ। ਚੀਕਾਂ ਉੱਚੀਆਂ ਮਾਰਨ, ਲੋਕਾਂ ਨੂੰ ਗਲਤ ਸਲਤ ਬੋਲਣਾ, ਇਹ ਕੋਈ ਤਰੀਕਾ ਨਹੀਂ ਹੁੰਦਾ। ਅਗਰ ਤੂੰ ਪੜ੍ਹੀ ਲਿਖੀ ਹੈ, ਅਗਰ ਤੂੰ ਪਾਰਲੀਮੈਂਟ ਦੇ ਵਿੱਚ ਹੈ, ਤਾਂ ਜਿਸ ਤਰੀਕੇ ਨਾਲ ਪਾਰਲੀਮੈਂਟ ਚੱਲਦਾ ਉਸ ਤਰੀਕੇ ਨਾਲ ਚਲਾਓ। 5-2 ਸਾਲ ਹੋ ਗਏ ਸਾਨੂੰ, ਇੱਕ ਵਾਰ ਵੀ ਇਹਨੇ ਕਿਹਾ ਮੈਨੂੰ ਕਦੇ ਕਿ ਪੰਜਾਬ ਨੂੰ ਤੁਹਾਡੀ ਲੋੜ ਹੈ, ਦੱਸੋ ਮੈਨੂੰ ਔਰ ਮੈਂ ਤੁਹਾਡੀ ਮਦਦ ਕਰੂੰ। ਨਹੀਂ, ਕਦੇ ਵੀ ਨਹੀਂ ਕਿਹਾ। ਹਰ ਵੇਲੇ ਟਿੱਪਣੀ ਕਰਨੀ। ਅਸੀਂ ਅੱਜ 11 MLA ਜਿਹੜੇ ਪ੍ਰਿੰਸੀਪਲ ਬੁੱਧਰਾਮ ਕੁਲਤਾਰ ਸੰਧਵਾ, ਮਨਜੀਤ ਬਿਲਾਸਪੁਰ, ਹਰਪਾਲ ਚੀਮਾ, ਜੈਕਿਸ਼ਨ ਰੋੜੀ, ਰੁਪਿੰਦਰ ਰੂਬੀ, ਸਰਜੀਤ ਕੌਰ ਮਾਣੂਕੇ, ਬਲਜਿੰਦਰ ਕੌਰ, ਕੁਲਵੰਤ ਪੰਡੋਰੀ, ਮੀਥੇਰ ਔਰ ਦਾਸ ਅਮਨ ਅਰੋੜਾ, ਅਸੀਂ ਇਹ 11 MLAs ਵੱਲੋਂ ਸਾਈਨਡ ਚਿੱਠੀ ਅੱਜ ਅਸੀਂ ਪੰਜਾਬ ਦੇ ਲੋਕਾਂ ਦੇ ਨਾਮ ਖੁੱਲ੍ਹੀ ਚਿੱਠੀ ਅਸੀਂ ਜਾਰੀ ਕਰ ਰਹੇ ਹਾਂ ਕਿ ਜੇ ਇਹ ਖਰੀਦੋ ਫਰੋਖਤ ਕਰਨ ਦੀ ਕਿਉਂ ਕੋਸ਼ਿਸ਼ਾਂ ਹੋ ਰਹੀਆਂ ਨੇ, ਤਾਂ ਕਿ 19 ਤੱਕ ਆਮ ਆਦਮੀ ਪਾਰਟੀ ਦਾ ਨੁਕਸਾਨ ਕੀਤਾ ਜਾ ਸਕੇ। ਜੇ ਕੋਈ ਇਹਨਾਂ 11 MLAs ਦੇ ਵਿੱਚੋਂ
ਕਾਂਗਰਸ ਜਾਂ ਅਕਾਲੀ ਦਲ ਦੇ ਵਿੱਚ ਚਲਾ ਜਾਂਦਾ ਤੇ ਸਪਸ਼ਟ ਕਹਿੰਦੇ ਆ ਕਿ ਉਹਨੂੰ ਪੰਜਾਬ ਦੇ ਲੋਕ ਇਹ ਸਮਝ ਲੈਣ ਕਿ ਉਹ ਵਿਕ ਗਿਆ, ਪਰ ਜੇ ਨਹੀਂ ਜਾਂਦਾ ਹੈਗਾ ਤੇ ਫਿਰ ਵੀ ਕੋਈ ਸਾਡਾ ਪੱਤਰਕਾਰ ਵੀਰ ਜਾਂ ਪੇਪਰ ਜਾਂ ਚੈਨਲ ਇਸ ਤਰ੍ਹਾਂ ਦੀਆਂ ਚਰਚਾਵਾਂ ਅਫਵਾਹਾਂ ਦੇ ਆਧਾਰ ਤੇ ਖਬਰ ਚਲਾਉਂਦਾ ਤੇ ਫਿਰ ਪੰਜਾਬ ਦੇ ਲੋਕ ਇਹ ਸਮਝ ਲੈਣ ਵੀਰ ਬਣ ਕੇ ਕਿਰਪਾ ਕਰਕੇ ਕਿ ਉਹ ਪੱਤਰਕਾਰ ਹੈ ਜਿਹੜਾ ਉਹ ਆਪਦੇ ਨਿੱਜੀ ਜਾਂ ਮਾਲੀ ਮਫਾਦ ਪੂਰੇ ਕਰ ਰਿਹਾ ਜਾਂ ਕਿਸੇ ਦੂਜੀ ਪੋਲੀਟੀਕਲ ਪਾਰਟੀ ਦਾ ਰਾਜਨੀਤਿਕ ਪਾਰਟੀ ਦਾ ਉਹ ਏਜੰਡਾ ਫੋਲੋ ਕਰ ਰਿਹਾ ਤਾਂ ਕਿ ਆਮ ਆਦਮੀ ਪਾਰਟੀ ਦਾ ਨੁਕਸਾਨ ਕਰ ਸਕੇ। ਇਹ ਗੱਲ ਕਲੀਅਰ ਕਰਨ ਦੇ ਲਈ ਅੱਜ ਅਸੀਂ ਇੱਕ ਖੁੱਲ੍ਹੀ ਚਿੱਠੀ ਹੈ ਜਿਹੜੀ 11 MLAs ਦੇ ਸਾਈਨ ਦੇ ਨਾਲ ਅਸੀਂ ਜਾਰੀ ਕਰ ਰਹੇ ਹਾਂ। ਪੱਤਰਕਾਰ ਹੈ ਉਹਨਾਂ ਨੂੰ ਇੱਕ ਮੈਸੰਜਰ 'ਤੇ ਮੈਸੇਜ ਆਇਆ ਕਿ ਸਾਡੀ ਖਬਰ ਲਾ ਦਿਓ ਅਤੇ ਉਹਨਾਂ ਨੇ ਪੁੱਛ ਲਿਆ ਵੀ ਕਾਹਦੀ ਖਬਰ ਲਾਉਣੀ ਹੈ। ਕਹਿੰਦੇ ਅਸੀਂ ਇੱਕ ਦੋ ਦਿਨਾਂ 'ਚ ਸਮਰਜੀਤ ਸਿੰਘ ਬੈਂਸ ਨੂੰ ਮਾਰ ਦੇਵਾਂਗੇ ਅਤੇ ਜਦੋਂ ਆਹ ਖਬਰ ਆਈ ਤਾਂ ਅਸਲ 'ਚ ਕੀ ਹੈ ਕਿ ਪਹਿਲਾਂ ਵੀ ਦੋ ਵਾਰੀ ਖਬਰ ਆ ਚੁੱਕੀ ਹੈ ਪਰ ਪ੍ਰਸ਼ਾਸਨ ਜਿਹੜਾ ਉਸ ਪਹਿਲਾਂ ਵੀ ਸੁੱਤਾ ਰਿਹਾ ਅਤੇ ਹੁਣ ਫਿਰ ਖਬਰ ਆਈ ਹੈ ਕਿ ਅਸੀਂ ਇੱਕ ਦੋ ਦਿਨਾਂ 'ਚ ਸਮਰਜੀਤ ਸਿੰਘ ਬੈਂਸ ਨੂੰ ਮਾਰ ਦੇਵਾਂਗੇ। ਅਸਲ 'ਚ ਕੀ ਹੈ ਕਿ ਇਹਦੇ ਤੋਂ ਸਰਕਾਰ ਦੀ ਫਰਸਟ੍ਰੇਸ਼ਨ ਝਲਕਦੀ ਹੈ। ਜਦੋਂ ਜਦੋਂ ਸਰਕਾਰ ਦਾ ਸੰਘਾਸਨ ਹਿਲਦਾ ਫਿਰ ਸਰਕਾਰ ਮੋੜ 'ਚ ਬੰਬ ਬਲਾਸਟ ਵੀ ਕਰ ਸਕਦੀ ਹੈ ਅਤੇ ਇੱਥੇ ਵੀ ਸਰਕਾਰ ਕੁਛ ਵੀ ਕਰ ਸਕਦੀ ਹੈ। ਪਰ ਮੈਂ ਕਹਿਣਾ ਚਾਹੁੰਦਾ ਕਿ ਜੇ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦੇ ਸਮਰਜੀਤ ਦੇ ਜਾਂ ਕਿਸੇ ਹੋਰ ਵੀ ਮੈਂਬਰ ਦੇ ਝਰੀਟ ਵੀ ਆਈ ਤਾਂ ਸਿੱਧੇ ਸਿੱਧੇ ਤੌਰ 'ਤੇ ਸਰਕਾਰ ਅਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ ਕਿਉਂਕਿ ਅਸੀਂ ਪਹਿਲਾਂ ਵੀ ਦੋ ਵਾਰੀ ਲਿਖ ਕੇ ਦਿੱਤਾ, ਉਦੋਂ ਧਮਕੀ ਭਰੀਆਂ ਚਿੱਠੀਆਂ ਆਈਆਂ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ। ਆ ਹੁਣ ਅੱਜ ਅਸੀਂ ਫਿਰ ਕੰਪਲੇਂਟ ਦਿੱਤੀ ਹੈ। ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਮੁਰਦਾਬਾਦ ਅਤੇ ਉਰੇ ਵਿਜੇਂਦਰ ਸਿੰਗਲਾ ਜੀ ਆਏ ਸੀਗੇ ਨਾਲ ਕੇਬਲ ਸਿੰਘ ਢਿੱਲੋਂ ਜੀ ਅਤੇ ਜਦੋਂ ਉਹ ਜਾਣ ਲੱਗੇ ਅਤੇ ਅਸੀਂ ਨੇ ਕੁਸ਼ਚਨ ਪੁੱਟ ਕਰਨਾ ਸੀ ਉਹਨਾਂ ਨੂੰ, ਉਹ ਮਾਈਕ ਦੇ ਵਿੱਚ ਬੋਲ ਰਹੇ ਸੀ ਕਿਸੇ ਨੇ ਵੀ ਕੁਸ਼ਚਨ ਪੁੱਟ ਕਰਨਾ ਹੋਵੇ ਤਾਂ ਪੁੱਛ ਸਕਦਾ ਅਤੇ ਅਸੀਂ ਕੁਸ਼ਚਨ ਪੁੱਟ ਕਰਨ ਲਈ ਉਹਨਾਂ ਦੇ ਅੱਗੇ ਆਏ ਅਤੇ ਕੋਈ ਇਹਨਾਂ ਨਾਲ ਅਸੀਂ ਮਿਸਬਿਹੇਵੀਅਰ ਨਹੀਂ ਕਰਿਆ ਅਤੇ ਅਸੀਂ ਪੁੱਟ ਕਰਿਆ ਕੁਸ਼ਚਨ ਵੀ ਕਿੰਨੇ ਕੁ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਉਹਨਾਂ ਨੇ ਬਿਨਾਂ ਜਵਾਬ ਦਿੱਤੇ ਤਾਂ ਮੇਰਾ ਮੋਬਾਈਲ ਖੋਹ ਕੇ ਹੀ ਥੱਲੇ ਸਿੱਟਤਾ, ਤੁਸੀਂ ਲਾਈਵ ਵਿੱਚ ਦੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਉਹ ਜਾਣ ਲੱਗ ਪਏ, ਅਸੀਂ ਮੁਰਦਾਬਾਦ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਜਿਹੜੇ ਉਹਨਾਂ ਦੇ ਵਰਕਰ ਦੇ ਉਹਨਾਂ ਨੇ ਸਾਡੇ ਨਾਲ ਧੱਕਾ ਮੁੱਕੀ ਕਰੀ, ਕੁਰਸੀਆਂ ਸਾਡੇ ਉੱਤੇ ਚਲਾਈਆਂ ਗਈਆਂ। ਕੀ ਸਵਾਲ ਸੀ ਤੁਹਾਡਾ? ਅਸੀਂ ਬੇਰੁਜ਼ਗਾਰੀ ਤੋਂ ਲੈ ਕੇ ਸਵਾਲ ਪੁੱਟ ਕੀਤਾ ਸੀਗਾ ਵੀ ਅਸੀਂ, ਮੈਂ ਪੋਸਟ ਗ੍ਰੈਜੂਏਟ ਨਾਲ ਮੈਂ ਪੁੱਛਣਾ ਚਾਹੁੰਦਾ ਸੀ ਵੀ ਮੈਨੂੰ ਰੁਜ਼ਗਾਰ ਦਿੱਤਾ ਜਾਵੇ ਪਰ ਉਹਨਾਂ ਨੇ ਕੋਈ ਆਨਸਰ ਨਹੀਂ ਦਿੱਤਾ। ਅਤੇ ਲੋਕਾਂ ਨੂੰ ਕਿੰਨਾ ਕੁ ਤੁਹਾਡੇ ਕਰਜ਼ਾ ਦੇਣਾ? ਸਾਡੇ ਲੋਕਾਂ ਦਾ ਇਹਨੇ ਜਲੂਸ ਕਰਤਾ ਕੈਪਟਨ ਸਾਹਿਬ ਨੇ, ਕਿਸੇ ਨੇ ਘੱਟ ਦੇਣਾ ਕਿਸੇ ਨੇ ਵੱਧ ਦੇਣਾ, ਹੈਂ ਇਹਨੇ ਲੋਕਾਂ ਨੇ ਆਪੋ ਆਪ ਦਾ ਦੱਸਿਆ ਵੀ ਇਹਨੇ ਸਾਰੇ ਲੋਕਾਂ ਦਾ ਜਲੂਸ ਕੱਢਤਾ ਸਾਡਾ। ਜਿਹੜੇ ਤੁਹਾਡੇ ਇੱਥੇ ਆਏ ਨੇ ਛੋਟੇ ਨਿੱਕੇ ਰਾਜਾ, ਗਰੀਬਾਂ ਦੇ ਘਰਾਂ ਜਾ ਕੇ ਰਹਿੰਦੇ, ਜਿਹਦਾ ਮੀਟਰ ਪੱਟਿਆ ਗਿਆ ਤਾਂ ਪੱਖਾ ਨਹੀਂ ਹੈ ਨਾ, ਉਹਦੇ ਘਰ ਜਾ ਕੇ ਰਹਿਣਾ ਸੀ ਅਤੇ ਨਾਲੇ ਉਹਦਾ ਮੀਟਰ ਲਗਾ ਕੇ ਉਹਦਾ ਬਿਜਲੀ ਦਾ ਬਿੱਲ ਘਟਾਉਣਾ ਸੀ, ਫਿਰ ਤਾਂ ਕੋਈ ਗੱਲ ਹੁੰਦੀ। ਸੋ ਇਹਨਾਂ ਦੇ ਡਰਾਮਿਆਂ ਤੋਂ ਸਾਰਾ ਪੰਜਾਬ ਇਹ ਬੇਨਕਾਬ ਆਪਣੇ ਆਪ ਨੂੰ ਕਰ ਚੁੱਕੇ ਨੇ। ਮੈਨੂੰ ਨਹੀਂ ਲੱਗਦਾ ਕੋਈ ਕੈਪਟਨ ਸਾਹਿਬ ਦੀ ਗੱਲਾਂ ਵਿੱਚ ਰੱਤੀ ਭਰ ਦੀ ਸੱਚਾਈ ਹੈ ਤਾਂ ਨਾ ਹੀ ਇਹਨਾਂ ਨੂੰ ਕੋਈ ਮੁੱਲ ਹੈ। ਬਾਈ ਮਨਪ੍ਰੀਤ ਬਾਦਲ ਕਹਿੰਦਾ ਵੀ ਅਗਰ ਰਾਜਾ ਬਠਿੰਡਾ ਸੀਟ ਤੋਂ ਹਾਰਦਾ ਤਾਂ ਮਨਪ੍ਰੀਤ ਬਾਦਲ ਦੀ ਮੌਤ ਹੋਊਗੀ। ਉਹ ਤਾਂ ਹਾਰ ਹੀ ਰਿਹਾ ਹੈ, ਹੁਣ ਮਨਪ੍ਰੀਤ ਜਵਾਬ ਦੇ। ਇਹ ਉਹ ਪਰਿਵਾਰ ਹੈ ਸੁੰਦਰ ਸਿੰਘ ਬਜੀਠੀਆ ਸਾਹਿਬ ਦਾ ਪਰਿਵਾਰ, ਜਿਨ੍ਹਾਂ ਨੇ ਇਹਦੇ ਦਾਦਾ ਜੀ ਹਰਸਿਮਰਤ ਕੌਰ ਜੀ ਦੇ ਦਾਦਾ ਜੀ, ਜਿਨ੍ਹਾਂ ਨੇ ਜਨਰਲ ਡਾਇਰ ਨੂੰ ਰੋਟੀ ਕੀਤੀ ਸੀ ਮੇਰੇ ਸਤਿਕਾਰਯੋਗ ਭਰਾਓ। ਦੇਖੋ ਉਹਨਾਂ ਕੋਲ ਹੋਰ ਕੋਈ ਮੁੱਦਾ ਹੀ ਹੈ ਜੀ? ਇਹ ਦੱਸੋ ਬਰਗਾੜੀ ਕਾਂਡ ਦੇ ਵਿੱਚ ਇਹਨੇ ਮੋਰਚਾ ਲਵਾਇਆ ਸੀ, ਤੁਹਾਨੂੰ ਦੇਖਦਾ ਜੀ ਇਹਨੇ ਉਠਾਇਆ ਸੀ, ਇਹ ਵੀ ਦੱਸ ਕਿੰਨੀਆਂ, ਮੈਨੂੰ ਕੈਪਟਨ ਸਾਹਿਬ ਦੱਸ ਦੇਣ ਕਿ ਉਹ ਤੋਂ ਬਾਅਦ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ, ਕੈਪਟਨ ਸਾਹਿਬ ਕਿਤੇ ਗਏ? ਨਹੀਂ, ਭਾਰਤ ਰਤਨ ਤੋਂ ਉਸਕੋ ਦੇਣਾ ਹੀ ਨਹੀਂ ਚਾਹੀਏ ਥਾ, ਵਾਪਸ ਲੈਣਾ ਤੋਂ ਅਲੱਗ ਬਾਤ ਹੈ, ਲੇਕਿਨ ਦੀਆ ਤੇ ਉਸਕੇ ਉੱਪਰ ਵੀ ਚਰਚਾ ਹੋਣੀ ਚਾਹੀਏ, ਇਸ ਪਰ ਵੀ ਅੱਜ ਬਹਿਸ ਹੋਣੀ ਚਾਹੀਏ, ਕਿਉਂ ਨਾ ਇਸਕੇ ਉੱਪਰ ਵੀ ਚੁਣਾਵ ਹੋ ਔਰ ਇਹ ਜਾਣਕਾਰੀ ਲਈ ਜਾਏ। ਆਜ ਰਾਹੁਲ ਗਾਂਧੀ ਕੇ ਮੈਂ ਸੁਬਹ ਇੰਟਰਵਿਊ ਸੁਣ ਰਹਾ ਥਾ ABP ਨਿਊਜ਼ ਪੇ, ਰਾਹੁਲ ਗਾਂਧੀ ਕਹਿ ਰਹੇ ਥੇ ਮੇਰੇ ਪਿਤਾ ਜੀ ਔਰ ਦਾਦੀ ਜੀ ਵੋ ਸਭ ਕਰਤੇ ਥੇ ਜੋ ਲੋਕ ਉਨਕੋ ਕਹਤੇ ਥੇ ਕਰਨੇ ਕੇ ਲੀਏ, ਤੋ ਕਿਆ ਸਿੱਖੋਂ ਕਾ ਕਤਲੇਆਮ ਕਰਾਨੇ ਕੇ ਲੀਏ ਲੋਗੋਂ ਨੇ ਕਹਾ ਥਾ ਉਨਕੋ, ਵੋ ਸਿੱਖੋਂ ਕਾ ਕਤਲੇਆਮ ਕੋ ਜਸਟੀਫਾਈ ਕਰ ਰਹੇ ਹੈ ਲੋਗੋਂ ਕਾ ਨਾਮ ਲੇਕਰ, ਜੋ ਕਤਈ ਵੀ ਹਮੇ ਬਰਦਾਸ਼ਤ ਨਹੀਂ ਹੈ। ਐਸੇ ਕਾਤਲੋਂ ਕਾ ਸਾਥ ਦੇਣੇ ਵਾਲੇ ਲੋਕ ਜਿਨ੍ਹਾਂ ਨੇ ਕਾਤਲੋਂ ਕਾ ਸਾਥ ਦਿਆ ਥਾ, ਆਜ ਉਨਕਾ ਰਾਹੁਲ ਗਾਂਧੀ ਸਾਥ ਦੇ ਰਹੇ ਹੈ, ਚਾਹੇ ਵੋ ਕਮਲਨਾਥ ਹੋ ਚਾਹੇ ਵੋ ਜਗਦੀਸ਼ ਟਾਈਟਲਰ ਹੋ, ਇਨਕੋ ਗਲੇ ਸੇ ਲਗਾ ਕੇ ਰਾਜੀਵ ਗਾਂਧੀ ਨੇ ਰੱਖਾ ਥਾ, ਇਨਕੋ ਗਲੇ ਸੇ ਲਗਾ ਕੇ ਰਾਹੁਲ ਗਾਂਧੀ ਰੱਖ ਲਏ ਹੈ। ਮੈਂ ਪਾਰਕਿੰਗ ਦਾ ਜ਼ਿਕਰ ਵੀ ਕੀਤਾ ਹੈ ਕਿ ਕਮਿਊਨਿਟੀ ਪਾਰਕਿੰਗ ਟੂ ਬਿਗਨ ਵਿਦ, ਜਿਹੜੇ ਸਾਡੇ ਪਾਰਕਸ ਨੇ ਸੈਕਟਰਸ ਦੇ ਉਹਨਾਂ ਦੇ ਨੀਚੇ ਬਣਾਵਾਂਗੇ, ਉਹ ਵੀ ਖੋਦ ਕੇ ਹੀ ਬਣਨਗੇ, ਖੋਦਾਂਗੇ, ਖੋਦ ਕੇ ਬਣਾਵਾਂਗੇ ਉਹਨਾਂ ਨੂੰ, ਫਿਰ ਬਾਅਦ 'ਚ ਢਕਾਂਗੇ, ਅੱਛੇ ਫਸਟ ਕਲਾਸ ਵੈਲ ਲਿਟ ਏਅਰ ਕੰਡੀਸ਼ਨ ਸਾਰੇ ਇੱਕੋ ਦਮ ਨਹੀਂ ਹੋ ਜਾਣਗੇ, ਉਹ ਸ਼ੁਰੂਆਤ ਮੈਂ ਕਰ ਦੇਵਾਂਗਾ ਅਤੇ ਕਈ ਸੈਕਟਰਾਂ ਨੂੰ ਕਵਰ ਕਰਵਾ ਦੇਵਾਂਗਾ। ਹੈ ਕਿ ਜੋ ਸਕੂਲਸ ਹੈ ਕਿਸੀ ਵੀ ਸੈਕਟਰ ਮੇ, ਸ਼ਾਮ ਕੇ ਸਮੇਂ ਵੋ ਸਕੂਲਸ ਕੋ ਖੋਲਾ ਜਾਏਗਾ, ਉਹ ਬੱਚੋਂ ਕੇ ਲੀਏ ਜੋ ਉਸ ਸੈਕਟਰ ਕੇ ਬੱਚੇ ਹੈ
उनको वो ग्राउंड्स मुहैया हो जाएं कि वो स्कूल में बेशक उसके बच्चे स्टूडेंट्स वो हो ना हो उस स्कूल में जाके शाम को घंटा खेल सके। ये मतलब ये फिर मेरा कम नहीं रहेगा कि चलान कटिया जाता कि नहीं कटिया जाता। मैं हर एक लैवल से कानून उठावगा कि जोड़े भी कानून हैं उन्होंने प्रॉपर एनफोर्स किया जाए। बाकी आप जितने मर्जी जुमले छोड़ लें, बार बार मेट्रो 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 करते रहे आप, क्यों नहीं लाए 15 साल में मेट्रो? आप साहब पूछो आपको, आप तो कहते 2007 में आपको सब कुछ रेडी था, 2007 से 2014 तक क्यों नहीं लाए आप मेट्रो? ये सब जुमले हैं इनके। अगर ये कहेंगे जैसे कि जब ये कोई भी इलेक्शन जीतते हैं तब ईवीएम की बात नहीं करते, जब हारते हैं तो कहते हैं ईवीएम में गड़बड़ी है, जब ईडी की रेड पड़ती है तो कहते हैं ये वेंडेटा पॉलिटिक्स है, जब गलतियां करते हैं तब ये नहीं कहते कि हाँ हम गलत हैं। तो थोड़ा अपने गरेबा में झांक कर देख लीजिए, कहीं ना कहीं क्या होता है कि मतलब जो आ ही जाता है वापस चुकी। देखिए मैं स्पोर्ट्स की फील्ड से आया और मैंने हमेशा यही बात सुनी कि दिल्ली में लैंड की बहुत कमी है। हमारे पास इस दिल्ली कॉन्स्टिट्यूएंसी में यमुना विहार स्पोर्ट्स कॉम्प्लेक्स है जो अभी ऑलरेडी वर्ल्ड क्लास स्पोर्ट्स कॉम्प्लेक्स है। और मैं आपको ये आश्वासन देता हूँ इधर इस चीज़ में, तो मैं आपको आश्वासन देता हूँ कि हम आईपीएल के मैचेस ज़रूर वहाँ पर लेके जा सकते हैं पिछले अगले 2 या 3 साल में, बिकॉज आपके पास जगह है, सिर्फ आपको और इंफ्रास्ट्रक्चर बिल्ड करने की ज़रूरत है। अगर आप फ्लड लाइट्स लगाने की ज़रूरत है, स्टैंड बनाने की ज़रूरत है, तो मुझे लगता है हिंदुस्तान में एक ही ऐसी कॉन्स्टिट्यूएंसी होगी जहाँ पर आपके पास 2 इंटरनेशनल स्टेडियम्स होंगे।